ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਅੱਜ ਅਸੀਂ ਬਣਾਉਣੇ ਜਾ ਰਹੇ ਹਾਂ ਆਟੇ ਦੀ ਪੰਜੀਰੀ ਜੋ ਕਿ ਬਹੁਤ ਈਜ਼ੀ ਹੈ ਤੇ ਬਹੁਤ ਸਿੰਪਲ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਬਣਾਉਣਾ ਦੱਸਾਂਗੀ ਸਭ ਤੋਂ ਪਹਿਲਾਂ ਇੱਥੇ ਮੈਂ ਕੜਾਹੀ ਲਈ ਹੈ ਉਹਦੇ ਵਿੱਚ ਪਾਇਆ ਹੈ ਮੈਂ ਦੇਸੀ ਘਿਓ ਤੇ ਕੜਾਹੀ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਂ ਲੋਹੇ ਦੀ ਕੜਾਹੀ ਲਈ ਹੈ ਸਰਵ ਲੋਹੇ ਦੀ ਕੜਾਹੀ ਹੈ ਇਹ ਇਹ ਲੈਣ ਦਾ ਕਾਰਨ ਇਹ ਹੈ ਕਿ ਇਹ ਸਾਡੀ ਸਿਹਤ ਵਾਸਤੇ ਠੀਕ ਰਹਿੰਦਾ ਸਰਵ ਲੋਹੇ ਦੇ ਭਾਂਡੇ ਵਿੱਚ ਜਦੋਂ ਅਸੀਂ ਬਣਾਉਂਦੇ ਹਾਂ ਕੋਈ ਵੀ ਚੀਜ਼ ਤਾਂ ਦੋਸਤੋ ਇੱਥੇ ਫਿਰ ਮੈਂ ਘੋਵ ਵਿੱਚ ਪਾ ਦਿੰਦੀ ਆ ਆਟਾ ਮਤਲਬ ਆਪਣੇ ਆਈਡੀਏ ਮੁਤਾਬਿਕ ਪਾ ਦੇਣਾ ਇੰਨਾ ਕੁ ਪਾ ਦੇਣਾ ਕਿ ਸਾਡਾ ਆਟਾ ਘੋਵ ਵਿੱਚ ਭਿੱਜ ਜਾਵੇ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਦੇ ਨਾਲ ਹਿਲਾਉਂਦੇ ਜਾਵਾਂਗੇ ਤਾਂ ਕਿ ਸਾਡੇ ਆਟੇ ਵਿੱਚ ਜਿਹੜਾ ਸਿ ਵਿੱਚ ਪਾਣਾ ਹੈ ਨਾ ਉਹਦੇ ਵਿੱਚ ਗੁੱਠਲੀਆਂ ਨਾ ਬਣ ਜਾਣ ਦੋਸਤੋ ਬਹੁਤ ਜਲਦੀ ਬਣ ਕੇ ਵਾਲੀ ਪੰਜੀਰੀ ਤਿਆਰ ਹੋ ਜਾਂਦੀ ਹੈ ਕਿਉਂਕਿ ਇਸ ਨੂੰ ਬੱਚੇ ਵੀ ਬਹੁਤ ਸ਼ੌਂਕ ਨਾਲ ਖਾਂਦੇ ਨੇ ਤੇ ਅਸੀਂ ਇਸ ਨੂੰ ਚਾਹ ਨਾਲ ਵੀ ਖਾ ਸਕਦੇ ਹਾਂ ਕਿਉਂਕਿ ਚਾਹ ਵੈਸੇ ਦੱਸਿਆ ਜਾਂਦਾ ਹੈ ਕਿ ਚਾਹ ਨੂੰ ਬਿਲਕੁਲ ਮਤਲਬ ਕੱਲੀ ਚਾਹ ਨਹੀਂ ਪੀਣੀ ਚਾਹੀਦੀ ਨਾਲ ਕੁਝ ਨਾ ਕੁਝ ਤੁਸੀਂ ਲੈ ਲਓ ਕੁਝ ਬਿਸਕਟ ਲੈ ਲਓ ਜਾਂ ਪੰਜੀਰੀ ਲੈ ਲਓ ਕੁਝ ਵੀ ਲੈ ਲਓ ਬਟ ਬਿਸਕਟ ਸਿਹਤ ਵਾਸਤੇ ਹਾਨੀਕਾਰਕ ਹੀ ਹੁੰਦੇ ਨੇ ਤਾਂ ਇਸ ਲਈ ਇਹ ਪੰਜੀਰੀ ਆ ਇਹ ਹੈਲਥ ਵਾਸਤੇ ਵੀ ਸਹੀ ਹੈ ਤੇ ਬਾਣ ਵੀ ਬਹੁਤ ਸੋਖੀ ਜਾਂਦੀ ਤਾਂ ਦੇਖੋ ਇੱਧਰ ਅਸੀਂ ਆਪਣੇ ਆਟੇ ਨੂੰ ਘਿਓ ਵਿੱਚ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਸ਼ੱਕਰ ਦੋਸਤੋ ਚੀਨੀ ਸਿਹਤ ਵਾਸਤੇ ਹਾਨੀਕਾਰਕ ਹੁੰਦੀ ਤਾਂ ਇਸ ਲਈ ਅਸੀਂ ਇਹਦੇ ਵਿੱਚ ਸ਼ੱਕਰ ਦਾ ਪ੍ਰਯੋਗ ਕਰਾਂਗੇ ਜਿਹੜੇ ਅਸੀਂ ਆਟੇ ਨੂੰ ਘਿਓ ਵਿੱਚ ਚੰਗੀ ਤਰ੍ਹਾਂ ਚਸਿਆਏ ਉਸ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਤਾਂ ਅਸੀਂ ਉਸ ਵਿੱਚ ਸ਼ੱਕਰ ਮਿਲਾ ਦਾਂਗੇ ਸ਼ੱਕਰ ਨੂੰ ਅਸੀਂ ਚੰਗੀ ਤਰ੍ਹਾਂ ਮਿਲਾਵਾਂਗੇ ਜਦੋਂ ਇਹ ਸਾਡਾ ਮਤਲਬ ਆਟਾ ਠੰਡਾ ਹੋ ਜਾਏਗਾ ਤਾਂ ਉਹਦੇ ਵਿੱਚ ਤਾਂ ਅਸੀਂ ਇਸ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਇਹਨੂੰ ਐਨ ਅੱਛੀ ਤਰ੍ਹਾਂ ਮਿਕਸ ਕਰ ਦਾਂਗੇ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਬਟ ਅਗਰ ਇਹਦੇ ਵਿੱਚ ਚੀਨੀ ਮਿਕਸੀ ਵਿੱਚ ਪੀਸ ਕੇ ਚੀਨੀ ਦਾ ਬੂਰਾ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਆ ਬਟ ਮੈਂ ਇੱਥੇ ਸ਼ੱਕਰ ਦਾ ਯੂਜ਼ ਕਰ ਰਹੀ ਆਂ ਕਾ ਕਿਉਂਕਿ ਇਹ ਸ਼ੱਕਰ ਸਾਡੀ ਸਿਹਤ ਵਾਸਤੇ ਸਹੀ ਰਹਿੰਦੀ ਤੇ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੁੰਦੀ ਤੇ ਹੈਲਦੀ ਵੀ ਹੁੰਦੀ ਤੇ ਬਿਲਕੁਲ ਟਾਈਮ ਨਹੀਂ ਲੱਗਦਾ ਹੈਗਾ ਬਣਾਉਣ ਨੂੰ ਤਾਂ ਹੁਣ ਇਹਦੇ ਵਿੱਚ ਮੈਂ ਪਾ ਦਿੰਦੀ ਆ ਆ ਕਾਜੂ ਇਹਦੇ ਵਿੱਚ ਡ్రਾਈ ਫਰੂਟ ਤੁਸੀਂ ਕੋਈ ਵੀ ਪਾ ਸਕਦੇ ਹੋ ਬਦਾਮ ਕਾਜੂ ਕਿਸ਼ਮਿਸ਼ ਕੁਝ ਵੀ ਪਾ ਲਓ ਬਟ ਮੈਂ ਇੱਥੇ ਸਿਰਫ ਕਾਜੂ ਹੀ ਪਾ ਰਹੀਆਂ ਕਿਉਂਕਿ ਇਹ ਸਿਹਤ ਵਾਸਤੇ ਠੀਕ ਰਹਿੰਦੇ ਤਾਂ ਦੋਸਤੋ ਇਹ ਦੇਖੋ ਪੰਜੀਰੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਕੇ ਮੈਂ ਇਸ ਨੂੰ ਇੱਕ ਡੱਬੇ ਵਿੱਚ ਭਰ ਲਵਾਂਗੀ 에ਅਰ ਟਾਈਟ ਕੰਟੇਨਰ ਵਿੱਚ ਇਸ ਨੂੰ ਚੰਗੀ ਤਰ੍ਹਾਂ ਭਰ ਕੇ ਆਸੀ ਮਤਲਬ ਰੱਖ ਲੈਂਦਿਆਂ ਤਾਂ ਬਹੁਤ ਜ਼ਿਆਦਾ ਸਵਾਦ ਬਣੀ ਤੇ ਸਭ ਤੋਂ ਮੇਨ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬੱਸ ਇਸ ਤਰ੍ਹਾਂ ਦੇਖੋ ਤੁਸੀਂ ਵੀ ਆਪਣੇ ਘਰ ਵਿੱਚ ਟਰਾਈ ਕਰਿਓ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪੰਜਾਬੀ ਬਲੌਗਰ ਸਿਮਰ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਦੋਸਤੋ ਆ ਦੇਖੋ ਸਾਡੀ ਪੰਜੀਰੀ ਦਾ ਫਿਰ ਫਾਈਨਲ ਲੁੱਕ ਸੱਚੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੇ ਇਹਦੇ ਵਿੱਚ ਕੁਝ ਵੀ ਸਾਨੂੰ ਜ਼ਿਆਦਾ ਤਾਮਝਾਮ ਕਰਨ ਦੀ ਲੋੜ ਨਹੀਂ ਹੈਗੀ ਤਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ